ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਫਤਿਹ ਟੀਵੀ ਸਿੱਖ ਯੂਥ ਵਿੱਚ। ਮੈਂ ਅਵਨੀਤ ਕੌਰ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਆਖਦੇ ਹਾਂ। ਸਿੱਖ ਯੂਥ ਅਤੇ ਅੱਜ ਇਸ ਵਿਸ਼ੇਸ਼ ਅੰਕ ਵਿੱਚ ਅਸੀਂ ਤੁਹਾਡੇ ਜਿਸ ਸਿੱਖ ਯੂਥ ਨਾਲ ਮੁਲਾਕਾਤ ਕਰਾਉਣ ਲੱਗੇ ਹਾਂ ਉਹ ਹਨ ਸਰਦਾਰ ਮਨਿੰਦਰ ਸਿੰਘ ਜੀ ਗਾਬਾ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਡੇ ਸਟੂਡੀਓ 'ਚ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਸ਼ੋਰੈਂਸ ਅਤੇ ਮਿਊਚੁਅਲ ਫੰਡ ਦਾ ਸਾਡੇ ਵੀਰ ਦਾ ਕੰਮ ਹੈ ਔਰ ਵਾਹਿਗੁਰੂ ਕਿਰਪਾ ਸਦਕਾ ਬਹੁਤ ਵਧੀਆ ਕੰਮ ਹੈ। ਲੇਕਿਨ ਅਗਰ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਮਨਿੰਦਰ ਸਿੰਘ ਜੀ ਨੇ ਕਦੀ ਸੋਚਿਆ ਸੀ ਕਿ ਉਹ ਮਿਊਚੁਅਲ ਫੰਡ ਇੰਸ਼ੋਰੈਂਸ ਵੱਲ ਰੁੱਖ ਕਰਨਗੇ? ਮੈਂ ਸੱਚ ਦੱਸਾਂ ਤਾਂ ਅਵਨੀਤ, ਇਟਸ ਅ ਡ੍ਰੀਮ ਕਮ ਟਰੂ। ਆਈ ਬੇਸਿਕਲੀ ਡਿਡ ਮਾਈ ਸਕੂਲਿੰਗ ਫਰੋਮ GHPS ਨਾਨਕ ਪਿਓ। ਆਫਟਰ ਦੈਟ ਆਈ ਹੈਡ ਡਨ ਮਾਈ ਕਾਲਜ ਫਰੋਮ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ। ਉਸ ਤੋਂ ਬਾਅਦ ਮਜ਼ਾਕ ਮਜ਼ਾਕ ਵਿੱਚ ਮੇਰੀ ਜੋਬ ਲੱਗ ਗਈ। ਮਜ਼ਾਕ ਮਜ਼ਾਕ ਵਿੱਚ ਅਸੀਂ ਆਪਣਾ ਕੰਮ ਕਰਦੇ ਰਹੇ ਅਤੇ ਆਫਟਰ ਗੈਟਿੰਗ 8 ਈਅਰਸ ਔਫ ਐਕਸਪੀਰੀਅੰਸ, ਇਟ ਸਡਨਲੀ ਕੇਮ ਇਨ ਟੂ ਮਾਈ ਮਾਇੰਡ ਕਿ ਨਹੀਂ, ਨਾਓ ਆਈ ਵਾਂਟ ਟੂ ਐਕਸਪਲੋਰ ਮਾਈ ਸੈਲਫ। ਅਤੇ ਬਸ ਸੇਮ ਪ੍ਰੋਫੈਸ਼ਨ ਵਿੱਚ ਸੀਗਾ, ਇੰਸ਼ੋਰੈਂਸ ਐਂਡ ਇਨਵੈਸਟਮੈਂਟ ਵਿੱਚ। ਉਸ ਤੋਂ ਬਾਅਦ ਸਿੱਖਦੇ 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 ਅਚਾਨਕ ਮਾਇੰਡ ਵਿੱਚ ਆਇਆ ਕਿ ਨਹੀਂ, ਆਈ ਹੈਵ ਟੂ ਐਕਸਪਲੋਰ ਮਾਈ ਸੈਲਫ। ਫਿਰ ਇੱਕ ਦਿਨ ਇੱਕ ਹਾਰਡ ਡਿਸੀਜਨ ਲਿੱਤਾ ਕਿ ਨਾਓ ਹੁਣ ਆਪਣਾ ਕੰਮ ਸਟਾਰਟਅਪ ਕਰਨਾ। ਅਤੇ ਅੱਜ ਆਲਮੋਸਟ ਮੈਨੂੰ 15 ਈਅਰਸ ਹੋ ਗਏ ਇਨ ਦਾ ਸੇਮ ਫੀਲਡ, ਅਤੇ ਆਈ ਐਮ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ। ਅਤੇ ਬਾਬਾ ਜੀ ਦੀ ਬਹੁਤ ਮਿਹਰ ਹੈ, ਬਹੁਤ ਅੱਛਾ ਕੰਮ ਚੱਲ ਰਿਹਾ, ਤੁਸੀਂ ਸਭ ਦਾ ਪਿਆਰ ਹੈਗਾ, ਸਭ ਦਾ ਸਾਥ। ਬਿਲਕੁਲ, ਅਗਰ ਗੱਲ ਕਰੀਏ ਅਸੀਂ ਅੱਜ ਆਪਣੇ ਯੂਥ ਨੂੰ, ਯੰਗਸਟਰਸ ਨੂੰ ਦੱਸਾਂਗੇ ਕਿ ਇਸ ਫੀਲਡ ਅੰਦਰ ਖਾਸ ਤੌਰ 'ਤੇ ਕਿੰਨੀਆਂ ਓਪਰਚੁਨਿਟੀਜ਼ ਨੇ, ਕਿੰਨਾ ਸਕੋਪ ਹੈ। ਜਦ ਤੁਸੀਂ ਕੀਤਾ ਤਾਂ ਤੁਸੀਂ ਕੋਈ ਪਰਸਨਲ ਡਿਪਲੋਮਾ ਜਾਂ ਡਿਗਰੀ ਇਸ ਫਾਈਨੈਂਸ਼ੀਅਲ ਵਿੱਚ ਲਿੱਤੀ ਸੀ ਜਾਂ ਜਨਰਲੀ? ਨਹੀਂ, ਬੇਸਿਕਲੀ ਇਸ ਫੀਲਡ ਵਿੱਚ ਆਉਣ ਵਾਸਤੇ ਸਾਨੂੰ ਸਰਟੀਫਿਕੇਸ਼ਨ ਕਰਨੀ ਪੈਂਦੀ ਹੈ ਅਤੇ ਸਕੋਪ ਬਹੁਤ ਜ਼ਿਆਦਾ ਹੈ, ਕੋਈ ਲਿਮਿਟ ਨਹੀਂ ਹੈ, ਸਕਾਈ ਇਜ਼ ਦਾ ਲਿਮਿਟ। ਸਰਟੀਫਿਕੇਸ਼ਨ ਲਈ ਜਿਵੇਂ ਜਿੰਨੇ ਵੀ ਬੈਂਕਸ ਬਣੇ ਹੋਏ ਨੇ ਇੰਡੀਆ, ਜਿੰਨੇ ਵੀ ਬੈਂਕਸ ਹੈਗੇ ਨੇ, ਸਾਰੇ ਬੈਂਕਸ ਦੇ ਉੱਤੇ ਗਵਰਨਿੰਗ ਬੋਡੀ ਬਣੀ ਹੈ RBI। ਜਿੰਨੇ ਵੀ ਬੈਂਕਸ ਕੰਮ ਕਰ ਰਹੇ ਨੇ ਸਭ ਦੀ ਰੈਗੂਲੇਸ਼ਨ RBI ਦੇ ਹੱਥ 'ਚ ਹੈਗੀ ਹੈ। ਉਸੇ ਤਰੀਕੇ ਨਾਲ ਜਿੰਨੀ ਵੀ ਇੰਸ਼ੋਰੈਂਸ ਕੰਪਨੀਜ਼ ਨੇ ਸਭ ਨੂੰ IRDA ਹੈਂਡਲ ਕਰਦਾ। ਜੇ ਮੈਂ ਵੀ ਅੱਜ ਇੰਸ਼ੋਰੈਂਸ ਦਾ ਕੰਮ ਸਟਾਰਟਅਪ ਕਰਨਾ ਜਾਂ ਕਿਸੇ ਹੋਰ ਨੇ ਵੀ ਕਰਨਾ, ਸਭ ਤੋਂ ਪਹਿਲੇ ਸਾਨੂੰ IRDA ਤੋਂ ਸਰਟੀਫਿਕੇਸ਼ਨ ਆਪਣਾ ਲੈਣਾ ਪਏਗਾ। ਉਹਦੇ ਲਈ ਮੈਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਹੈ, ਇੱਕ ਕੰਪਨੀ ਨੂੰ ਅਸੀਂ ਸਪੋਂਸਰ ਕੰਪਨੀ ਮੈਨੂੰ ਕਰੇਗੀ, ਆਈ ਹੈਵ ਟੂ ਚੂਜ਼ ਅ ਕੰਪਨੀ, ਵੈਦਰ ਇਟ ਇਜ਼ LIC ਔਰ ICICI ਔਰ A to Z ਕੋਈ ਵੀ ਕੰਪਨੀ ਹੋ ਸਕਦੀ ਹੈ, ਕਿ ਯੈਸ ਮੈਂ ਇਸ ਕੰਪਨੀ ਦੇ ਪ੍ਰੋਡਕਟ ਸੇਲ ਕਰਨੇ ਨੇ ਮਾਰਕੀਟ ਵਿੱਚ। ਮੈਂ ਕੰਪਨੀ ਦੇ ਕੋਲ ਜਾਵਾਂਗਾ, ਕੰਪਨੀ ਦੇ ਐਕਸਪਰਟੀਜ਼ ਜਿਹੜੇ ਹੈਗੇ ਨੇ, ਉਹਨਾਂ ਦੇ ਜਿਹੜੇ ਵੀ ਟ੍ਰੇਨਿੰਗ ਸਟਾਫ ਹੈਗਾ, ਉਹ ਪਹਿਲੇ ਸਾਰੇ ਮੈਨੂੰ ਟ੍ਰੇਨ ਕਰਨਗੇ ਕਿ ਯੈਸ ਇਹ ਪਲੈਨ ਸਾਡੇ ਕੋਲ ਹੈਗੇ ਨੇ, ਇਹ ਸਕੀਮਸ ਸਾਡੇ ਕੋਲ ਹੈਗੀਆਂ ਨੇ। ਟ੍ਰੇਨਿੰਗ ਲੈਣ ਤੋਂ ਬਾਅਦ ਮੈਂ IRDA ਦਾ ਐਗਜ਼ਾਮ ਦੇਵਾਂਗਾ, ਦੁਬਾਰਾ ਕੰਪਨੀ ਕੋਲ ਜਾਵਾਂਗਾ ਕਿ ਯੈਸ ਨਾਓ ਆਈ ਐਮ IRDA ਸਰਟੀਫਾਈਡ ਪਰਸਨ, ਨਾਓ ਆਈ ਐਮ ਐਲੀਜੀਬਲ ਟੂ ਸੇਲ ਯੋਰ ਮਤਲਬ ਸਕੀਮ ਜੀ। ਅਤੇ ਉਸ ਤੋਂ ਬਾਅਦ ਫਿਰ ਮੈਂ ਮਾਰਕੀਟ ਵਿੱਚ ਉਤਰ ਕੇ ਆਪਣਾ ਕੰਮ ਕਰ ਸਕਦਾ। 15 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਹੋ ਗਿਆ ਹੈ ਔਰ ਤੁਸੀਂ ਬੋਲਿਆ ਕਿ ਪਹਿਲੇ ਤੁਸੀਂ ਮਜ਼ਾਕ ਵਿੱਚ ਇਹਨੂੰ ਸ਼ੁਰੂਆਤ ਕੀਤੀ ਸੀ, ਲੇਕਿਨ ਉਸ ਤੋਂ ਬਾਅਦ ਤੁਸੀਂ ਸੀਰੀਅਸ ਰਹੇ। ਅਤੇ ਪਰਿਵਾਰ ਨੇ ਕਿੰਨਾ ਸਪੋਰਟ ਕੀਤਾ ਮਨਿੰਦਰ ਸਿੰਘ ਜੀ ਨੂੰ ਕਿ ਹਾਂ ਤੁਸੀਂ ਜਿਹੜੀ ਫੀਲਡ ਸੋਚੀ ਹੈ ਠੀਕ ਹੈ, ਜਾਂ ਉਹਨਾਂ ਤੋਂ ਉਹਨਾਂ ਦੀ ਕੁਛ ਹੋਰ ਉਮੀਦਾਂ ਸਨ ਔਰ ਤੁਸੀਂ ਕੁਛ ਹੋਰ ਕੀਤਾ? ਦੇਖੋ ਆਪਣੀ, ਮੈਂ ਬੇਸਿਕਲੀ ਜਿਹੜੀ ਜੋਬ ਸਟਾਰਟ ਕੀਤੀ, ਆਈ ਵਾਜ਼ ਵਿਦ HSBC ਗਰੁੱਪ, 8-9 ਈਅਰਸ ਆਈ ਵਾਜ਼ ਵਿਦ ਦਾ ਸੇਮ ਗਰੁੱਪ, ਸੇਮ ਪਬਲਿਕ ਡੀਲਿੰਗ, ਸੇਮ ਕਲਾਇੰਟ ਡੀਲਿੰਗ, ਸੇਮ ਪਲੈਨ ਸੇਲ ਕਰਨਾ, ਸੇਮ ਸਭ ਕੁਝ ਕਰਨਾ। ਬਟ ਜਦੋਂ ਲੱਗਿਆ ਕਿ ਨਹੀਂ, ਇਸ ਤੋਂ ਵੀ ਹੋਰ ਵੱਡੇ ਲੈਵਲ 'ਤੇ ਜਾ ਕੇ ਕੰਮ ਕਰਨਾ, ਤਾਂ ਜੋਬ ਛੱਡ ਕੇ ਆਪਣੇ ਬਿਜ਼ਨਸ 'ਚ ਆਉਣਾ ਪਿਆ। ਸਪੋਰਟ ਮੈਂ ਫੈਮਿਲੀ ਦੀ ਗੱਲ ਕਰਾਂ ਤਾਂ ਬਾਬਾ ਜੀ ਦੀ ਇੰਨੀ ਬਖਸ਼ਿਸ਼ ਹੈ ਕਿ ਇਹੋ ਜਿਹਾ ਪਰਿਵਾਰ ਸਭ ਨੂੰ ਮਿਲੇ। ਮੇਰੀ ਮੰਮੀ ਦੀ ਗੱਲ ਕਰਾਂ, ਸ਼ੀ ਇਜ਼ ਅ ਗੌਰਮੈਂਟ ਟੀਚਰ, ਸ਼ੀ ਵਾਜ਼ ਅ ਵਾਈਸ ਪ੍ਰਿੰਸੀਪਲ, ਉਹਨਾਂ ਦੀ ਸਪੋਰਟ ਮੈਨੂੰ ਐਕਸਟ੍ਰੀਮ ਲੈਵਲ ਤੱਕ ਰਹੀ। ਮੇਰੀ ਵਾਈਫ ਜਿਹਦੀ ਜਿੰਨੀ ਤਾਰੀਫ ਕਰਾਂ ਉਨੀ ਹੀ ਘੱਟ ਹੈ। ਮੇਰੇ ਨਾਲ ਅੱਜ ਤੱਕ ਉਹ ਮੇਰੇ ਨਾਲ ਹੈਗੀ ਹੈ ਮੇਰੇ ਆਫਿਸ ਵਿੱਚ, ਮੇਰੇ ਪਾਪਾ, ਹੀ ਇਜ਼ ਅ ਲਿਵਿੰਗ ਗੋਡ ਔਨ ਅਰਥ। ਤੋ ਬਸ ਮਤਲਬ ਮੇਰੇ ਕਿ ਸਪੋਰਟ ਫੈਮਿਲੀ ਕੀ ਐਸੀ ਰਹੀ, ਆਰ ਸਪੋਰਟ ਕੇ ਸਾਥ ਸਾਥ ਹੀ ਮੇਰੇ ਕੋ 15 ਈਅਰਸ ਹੋ ਗਏ ਔਰ ਟੱਚ ਵੁੱਡ ਆਪਣਾ ਕੰਮ ਆ ਗਏ। ਤੁਸੀਂ ਗੱਲ ਕੀਤੀ ਕਿ ਇੱਕ ਸਰਟੀਫਾਈਡ ਕੋਰਸ ਕਰਨਾ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਅਪੋਰਚੁਨਿਟੀਜ਼ ਮਿਲਦੀਆਂ ਨੇ, ਸਕੋਪ ਕਿਹੜੇ ਕਿਹੜੇ ਸੈਕਟਰ ਵਿੱਚ ਜ਼ਿਆਦਾ ਰਹਿੰਦਾ? ਕਿਉਂਕਿ ਯੂਥ ਇਹ ਪ੍ਰੋਗਰਾਮ ਦੇਖ ਰਿਹਾ ਹੈ, ਉਹ ਵੀ ਜਾਣਕਾਰੀ ਚਾਹੁੰਦਾ ਕਿ ਕਿਹੜੇ ਸੈਕਟਰ ਵਿੱਚ ਕੰਮ ਕਰਨਾ ਜ਼ਿਆਦਾ ਬਿਹਤਰੀ ਹੈ। ਦੇਖੋ, ਵੀ ਆਰ ਇਨ ਟੂ ਦਾ ਸਰਵਿਸ ਇੰਡਸਟਰੀ। ਅੱਜ ਦੀ ਡੇਟ ਵਿੱਚ ਕੋਈ ਵੀ ਸੈਗਮੈਂਟ ਹੈ, ਕੋਈ ਵੀ ਮਾਰਕੀਟ ਵਿੱਚ ਆਪਸ਼ਨ ਦੇਖੋ ਤੁਸੀਂ, ਕਲਾਇੰਟ ਸਰਵਿਸ ਐਕਸਪੈਕਟ ਕਰਦਾ ਅੱਜ ਦੀ ਡੇਟ ਵਿੱਚ।
ਅਤੇ ਜਿੰਨਾ ਮੈਂ ਆਪਣੇ ਆਪ ਨੂੰ ਕੈਪੇਬਲ ਬਣਾ ਕੇ ਚੱਲਾਂਗਾ, ਜਿੰਨੀ ਸਰਵਿਸਿਜ ਦੇ ਪੁਆਇੰਟ ਆਫ ਵਿਊ ਮੈਂ ਆਪਣੇ ਆਪ ਨੂੰ ਫਿਕਸ ਕਰਕੇ ਚੱਲਾਂਗਾ ਕਿ ਯੈਸ ਆਈ ਹੈਵ ਟੂ ਮੇਨ ਫੋਕਸ ਔਨ ਦਾ ਸਰਵਿਸਿਜ, ਕੰਮ ਦੀ ਕੋਈ ਕਮੀ ਨਹੀਂ ਹੈ, ਕੋਈ ਲਿਮਿਟ ਨਹੀਂ ਹੈ ਕੰਮ ਦੀ ਅੱਜ ਦੀ ਡੇਟ 'ਚ। ਹੁਣ ਜਿਵੇਂ ਮੈਂ ਡੀਲਿੰਗ ਕਰਦਾ LIC ਵਿੱਚ, ਮੈਂ ਡੀਲਿੰਗ ਕਰਦਾ ਹੈਲਥ ਇੰਸ਼ੋਰੈਂਸ ਵਿੱਚ, ਮੈਂ ਡੀਲਿੰਗ ਕਰਦਾ ਕਾਰ ਇੰਸ਼ੋਰੈਂਸ ਵਿੱਚ, ਆਈ ਐਮ MFI ਸਰਟੀਫਾਈਡ ਆਲਸੋ, ਮੈਂ ਡੀਲਿੰਗ ਕਰਦਾ ਮਿਊਚੁਅਲ ਫੰਡਸ ਵਿੱਚ, ਅਤੇ ਕਲਾਇੰਟ ਦੀ ਬੇਸ ਬਹੁਤ ਅੱਛੀ ਹੈ। ਇੱਕ ਕਲਾਇੰਟ ਦੇ ਰੈਫਰੈਂਸ ਤੋਂ ਅੱਜ ਦੀ ਡੇਟ 'ਚ ਲੋਕ ਕਹਿੰਦੇ ਨੇ ਮਾਰਕੀਟ 'ਚ ਕੰਮ ਨਹੀਂ ਹੈ, ਹਾਰਡ ਟਾਈਟ ਚੱਲ ਰਿਹਾ, ਮੋਦੀ ਗੌਰਮੈਂਟ ਨੇ ਕੰਮ ਖਤਮ ਕਰਤਾ। ਮੈਂ ਕਹਿੰਦਾ ਇੰਨਾ ਕੰਮ ਹੈਗਾ ਅੱਜ ਦੀ ਡੇਟ 'ਚ, ਤੁਸੀਂ ਸਰਵਿਸਿਜ਼ ਤਾਂ ਦਿਓ, ਕਸਟਮਰ ਤੁਹਾਡੇ ਕੋਲ ਆਟੋਮੈਟਿਕਲੀ ਆਏਗਾ, ਕਸਟਮਰ ਔਨਲਾਈਨ ਵੀ ਨਹੀਂ ਜਾਏਗਾ, ਕਸਟਮਰ ਤੁਹਾਨੂੰ ਢੂੰਡਦਾ ਹੋਇਆ ਆਪਣੇ ਆਪ ਆਏਗਾ ਕਿ ਯੈਸ ਇਫ ਆਈ ਵਾਂਟ ਟੂ ਟੇਕ ਅ ਥਿੰਗ ਆਈ ਵਾਂਟ ਟੂ ਟੇਕ ਇਟ ਫਰੋਮ ਮਨਿੰਦਰ ਗਾਬਾ, ਕਿਉਂਕਿ ਉਹ ਤੁਹਾਡੀ ਸਰਵਿਸਿਸ ਤੋਂ ਆਲਰੇਡੀ ਵਾਕਫ ਹੈਗਾ। ਜਿਵੇਂ ਹੁਣ ਅਸੀਂ ਆਪਣੇ ਹੈਲਥ ਇੰਸ਼ੋਰੈਂਸ ਦਾ ਕੰਮ ਕਰਦੇ ਹਾਂ, ਹੈਲਥ ਇੰਸ਼ੋਰੈਂਸ ਕਰ ਦੇਣਾ ਇਜ਼ ਨੋਟ ਅ ਥਿੰਗ, ਹੈਲਥ ਇੰਸ਼ੋਰੈਂਸ ਕਰਨ ਤੋਂ ਬਾਅਦ ਸਰਵਿਸਿਸ ਦੇਣਾ ਸਭ ਤੋਂ ਇੰਪੋਰਟੈਂਟ ਹੈ। ਮੇਰਾ ਫੋਨ 24 hours ਔਨ ਰਹਿੰਦਾ, ਰਾਤੀ 2 ਵਜੇ ਵੀ ਮੇਰਾ ਫੋਨ ਵੱਜਦਾ, ਸਵੇਰੇ 4 ਵਜੇ ਵੀ ਮੇਰਾ ਫੋਨ ਵੱਜਦਾ ਕਿ ਭਈਆ ਪਾਪਾ ਕੋ ਐਡਮਿਟ ਕਰ ਰਹੇ ਹੈ, ਮੰਮੀ ਕੋ ਐਡਮਿਟ ਕਰ ਰਹੇ ਹੈ। ਜਦ ਤੱਕਨ ਉਹਦਾ ਕਲੇਮ ਅਪਰੂਵਲ ਨਹੀਂ ਆਉਂਦਾ, ਤਾਂ ਤੱਕਨ ਮੈਂ ਅਤੇ ਮੇਰਾ ਸਟਾਫ ਸਾਰੇ ਬੁਖਲਾਏ ਰਹਿੰਦੇ ਹਾਂ, ਜਦ ਤੱਕਨ ਕਲੇਮ ਦਾ ਅਪਰੂਵਲ ਨਹੀਂ ਆਇਆ। ਦ ਟਾਈਮ ਅਪਰੂਵਲ ਕਮਸ, ਕਸਟਮਰ ਹੁਣ ਮੇਰਾ, ਹੁਣ ਉਹਦੇ ਫੈਮਿਲੀ 'ਚੋਂ ਜਿੰਨਾ ਵੀ ਕੰਮ ਆਏਗਾ ਸਾਰਾ ਮੇਰੇ ਗਾਬਾ ਇਨਵੈਸਟਮੈਂਟ ਕੰਸਲਟੈਂਟ 'ਤੇ ਜਾਏਗਾ। ਅਤੇ ਅੱਜ ਦੀ ਡੇਟ 'ਚ ਰਾਊਂਡ ਅਬਾਊਟ ਮੈਂ ਕਦੇ ਇੱਕ ਕੁਰਸੀ ਤੋਂ ਕੰਮ ਸਟਾਰਟ ਕੀਤਾ ਸੀਗਾ, ਆ ਰਾਊਂਡ ਅਬਾਊਟ 1500 ਕਲਾਇੰਟਸ ਹੈਗੇ ਨੇ ਮੇਰੇ ਕੋਲ, ਅਤੇ 6 ਇੰਪਲੋਈਜ਼ ਹੈਗੇ ਨੇ ਜਿਹੜੇ ਕਿ ਸਿਰਫ ਆਫਟਰ ਸੇਲ ਸਰਵਿਸਿਸ ਦਾ ਟੇਕ ਕੇਅਰ ਕਰਦੇ ਨੇ, ਅਤੇ ਨੰਬਰ ਆਫ ਕਲਾਇੰਟਸ ਇਜ਼ ਇਨਕਰੀਜ਼ਿੰਗ ਡੇ ਬਾਏ ਡੇ। ਬਿਲਕੁਲ, ਗੱਲ ਇੱਥੇ ਕਰੀਏ ਕਿ ਕਸਟਮਰ ਸੈਟਿਸਫੈਕਸ਼ਨ ਜਿਹੜੀ ਆ ਸਭ ਤੋਂ ਵੱਡੀ ਚੀਜ਼ ਹੈ, ਔਰ ਕਲਾਇੰਟੇਜ ਬਣਾਉਣਾ ਸਭ ਤੋਂ ਵੱਡੀ ਜਿਹੜੀ ਗੱਲ, ਔਰ ਕਲਾਇੰਟੇਜ ਕਿੱਦਾਂ ਬਣਦੀ ਹੈ ਜਦ ਪਬਲਿਕ ਡੀਲਿੰਗ ਕਰਨੀ ਆਉਂਦੀ ਹੋਏ, ਅਤੇ ਜਿਹੜੇ ਸਾਡੇ ਵਿਦਿਆਰਥੀ ਇਹ ਪ੍ਰੋਗਰਾਮ ਦੇਖ ਰਿਹਾ ਹੈ, ਔਰ ਕੀ ਪਬਲਿਕ ਡੀਲਿੰਗ 'ਚ ਇਹੋ ਜਿਹੀ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਕਿ ਸਾਹਮਣੇ ਵਾਲੇ ਨੂੰ ਆਪਣੀ ਗੱਲ ਪੂਰੀ ਤਰੀਕੇ ਨਾਲ ਦੱਸਣੀ ਜ਼ਰੂਰੀ ਹੈ? ਦੇਖੋ, ਕਸਟਮਰ ਦੇ ਕੋਲ ਕੁਐਸਚਨ ਦਾ ਪਰਮਾਰ ਹੈਗਾ, ਕਸਟਮਰ ਦੇ ਹਰ ਕੁਐਸਚਨ ਦਾ ਆਨਸਰ ਤੁਹਾਨੂੰ ਆਉਣਾ ਚਾਹੀਦਾ ਹੈ। ਨੌਲੇਜੇਬਲ ਬੰਦਾ ਹੋਣਾ ਬਹੁਤ ਇੰਪੋਰਟੈਂਟ ਹੈ। ਇੱਕ ਚੀਜ਼ ਸਮਝ ਕੇ ਸਰਟੀਫਿਕੇਸ਼ਨ ਲੈ ਕੇ ਪਲਾਨ ਵੇਚਣ ਚਲਾ ਜਾਵਾਂ, ਉਹਦੇ ਨਾਲ ਕੰਮ ਨਹੀਂ ਹੋਏਗਾ। ਓਵਰਕਮ ਓਬਜੈਕਸ਼ਨ ਬਹੁਤ ਇੰਪੋਰਟੈਂਟ ਚੀਜ਼ ਹੈ। ਕਸਟਮਰ ਦੀ ਵੀ ਗੱਲ ਸਾਨੂੰ ਮਤਲਬ ਸੁਣਨੀ ਪੈਂਦੀ ਹੈ ਕਿ ਕਸਟਮਰ ਐਗਜੈਕਟਲੀ ਕੀ ਐਕਸਪੈਕਟ ਕਰ ਰਿਹਾ, ਮੇਰੇ ਕੋਲ ਉਹਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੀਜ਼ ਹੈ ਕਿ ਨਹੀਂ। ਅਤੇ ਅੱਜ ਦੀ ਡੇਟ 'ਚ ਬਹੁਤ ਸਾਰੀਆਂ ਆਪਸ਼ਨਸ ਨੇ, ਮੈਂ ਕਹਿ ਰਿਹਾ ਸਰਵਿਸ ਇਜ਼ ਦਾ ਓਨਲੀ ਪਾਰਟ ਜਿੱਥੇ ਤੁਸੀਂ ਕਸਟਮਰ ਦਾ ਦਿਲ ਜਿੱਤ ਸਕਦੇ ਹੋ। ਮਨਿੰਦਰ ਜੀ, ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਕਸਟਮਰਸ ਦਾ ਫੀਡਬੈਕ ਬਹੁਤ ਇੰਪੋਰਟੈਂਟ ਰਹਿੰਦਾ, ਜਿੱਥੋਂ ਤੱਕ ਮੈਨੂੰ ਇੰਸ਼ੋਰੈਂਸ ਬਾਰੇ ਪਤਾ, ਤੁਹਾਡਾ ਇਸ ਬਾਰੇ ਕੀ ਕਹਿਣਾ? ਫੀਡਬੈਕ ਦੇਖੋ, ਸਾਨੂੰ ਤਾਂ ਅੱਜ ਤੱਕ ਫੀਡਬੈਕ ਲੈਣ ਦੀ ਕਦੇ ਕੋਈ ਲੋੜ ਪਈ ਨਹੀਂ, ਕਿਉਂਕਿ ਜਦੋਂ ਸਾਨੂੰ ਅਨਨੈਸੈਸਰੀ ਕਾਲ ਆਉਂਦੇ ਨੇ ਨਾ, ਮਤਲਬ ਅਨਐਕਸਪੈਕਟਿਡਲੀ ਕਾਲ ਆਉਂਦੇ ਨੇ ਕਿ ਮਿਸਟਰ ਗਾਬਾ ਯੋਰ ਨੰਬਰ ਇਜ਼ ਗਿਵਨ ਬੀ ਬਾਏ ਸੱਚ ਐਂਡ ਸੱਚ ਪਰਸਨ, ਮੈਂ ਕਾਰ ਦੀ ਇੰਸ਼ੋਰੈਂਸ ਲੈਣੀ ਹੈ, ਜਾਂ ਮੈਂ ਇੱਕ ਆਪਣੇ ਬੱਚਿਆਂ ਲਈ LIC ਲੈਣੀ ਹੈ, ਜਾਂ ਮੈਂ ਹੈਲਥ ਇੰਸ਼ੋਰੈਂਸ ਦਾ ਪਲਾਨ ਦੇਖ ਰਿਹਾ, ਆਈ ਵਾਂਟ ਟੂ ਡੂ ਸਮ ਇਨਵੈਸਟਮੈਂਟ ਇਨ SIPs, ਅਤੇ ਉਧਰੋਂ ਹੀ ਸਾਨੂੰ ਫੀਡਬੈਕ ਆਟੋਮੈਟਿਕਲੀ ਆ ਜਾਂਦਾ ਹੈ ਕਿ ਯੈਸ ਮਨਿੰਦਰ, ਯੂ ਆਰ ਔਨ ਦਾ ਰਾਈਟ ਟਰੈਕ। ਬਿਲਕੁਲ, ਅੱਜ ਦੀ ਇੰਸ਼ੋਰੈਂਸ ਸੈਕਟਰ ਅਤੇ ਅੱਜ ਤੋਂ 20 ਵਰ੍ਹਿਆਂ ਦੀ ਪਹਿਲੇ ਇੰਸ਼ੋਰੈਂਸ ਸੈਕਟਰ 'ਚ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਫਰਕ ਹੈ, ਉਸ ਬਾਰੇ ਤੁਸੀਂ ਕੀ ਕਹਿਣਾ? ਪਹਿਲੇ ਕਲਾਇੰਟਸ ਇੰਨਾ ਅਵੇਅਰ ਨਹੀਂ ਸੀਗਾ। ਪਹਿਲੇ ਤੁਸੀਂ ਕਿਸੇ ਨੂੰ ਅਗਰ ਆਪਣਾ ਹੈਲਥ ਪਲਾਨ ਸੇਲ ਕਰਨ ਜਾਓ, ਅਤੇ ਇੱਕ ਬੰਦਾ ਕਹਿੰਦਾ ਸੀਗਾ ਯਾਰ ਮੈਂ ਤਾਂ ਬਿਲਕੁਲ ਪਰਫੈਕਟਲੀ ਆਲ ਰਾਈਟ ਹਾਂ, ਮੈਨੂੰ ਇਸ ਚੀਜ਼ ਦੀ ਕੋਈ ਲੋੜ ਨਹੀਂ ਹੈ। ਅੱਜ ਦੀ ਡੇਟ 'ਚ ਤੁਸੀਂ ਖੁਦ ਦੇਖ ਸਕਦੇ ਹੋ, ਇੱਕ ਹੋਸਪਿਟੈਲਿਟੀ ਅਤੇ ਇੱਕ ਬੱਚਿਆਂ ਦੀ ਐਜੂਕੇਸ਼ਨ, ਦੇ ਆਰ ਦਾ ਫਾਸਟੈਸਟ ਗਰੋਇੰਗ ਬਿਜ਼ਨਸ ਇਨ ਦਾ ਵਰਲਡ। ਤੁਸੀਂ ਹੋਸਪਿਟੈਲਿਟੀ ਦੇਖੋ, ਜਿੱਥੇ ਪਹਿਲੇ ਛੋਟੀ ਜਿਹੀ ਪ੍ਰੋਬਲਮ ਦਾ ਇਲਾਜ 15-20 ਹਜ਼ਾਰ ਨਾਲ ਹੁੰਦਾ ਸੀਗਾ, ਅੱਜ ਉਸੇ ਚੀਜ਼ ਦਾ ਖਰਚਾ 2-2 ਲੱਖ, 3-3 ਲੱਖ, 5-5 ਲੱਖ ਰੁਪਇਆ ਆਉਂਦਾ। ਮੈਂ ਤੁਹਾਨੂੰ ਐਗਜ਼ਾਮਪਲ ਦੇ ਸਕਦਾ, ਚਿਕਨਗੁਨੀਆ ਵਾਇਰਲ ਡੇਂਗੂ, ਦੀਜ਼ ਆਰ ਸਮਾਲ ਇਨਫੈਕਸ਼ਨ, ਜੇ ਬੰਦਾ ਆਪਣੇ ਘਰ ਟ੍ਰੀਟਮੈਂਟ ਕਰਨਾ ਚਾਹੇ, ਹਫ਼ਤੇ 'ਚ ਬੰਦਾ ਘਰ ਠੀਕ ਹੋ ਸਕਦਾ, ਬਟ ਕਲਾਇੰਟ ਮੈਡੀਕਲੇਮ ਲੈ ਕੇ ਚੱਲਦਾ ਹੈ, ਹਸਪਤਾਲ ਜਾ ਕੇ 2-2 ਲੱਖ, 3-3 ਲੱਖ ਦਾ ਕਲੇਮ ਆਉਂਦਾ ਅਤੇ ਪਰਫੈਕਟ ਹੋ ਕੇ ਘਰ ਵਾਪਸ ਆਉਂਦਾ। ਇਸ ਰੇਟ 'ਤੇ ਮੈਡੀਕਲ ਦਾ ਅੱਜ ਦੀ ਡੇਟ 'ਚ ਹੈਗਾ, ਇੰਨਾ ਸਕੋਪ ਹੈਗਾ ਕਿ ਬੰਦਾ ਸੇਵਿੰਗ ਸੈਗਮੈਂਟ ਭਲੇ ਹੀ ਮਹੀਨੇ ਬਾਅਦ 2 ਮਹੀਨੇ ਬਾਅਦ ਕਰ ਲਏ, ਬਲ ਹੈਲਥ ਸੈਗਮੈਂਟ ਆਪਣਾ ਸਭ ਤੋਂ ਇੰਪੋਰਟੈਂਟ ਲੈ ਕੇ ਚੱਲਦਾ ਕਿ ਯੈਸ ਆਈ ਨੀਡ ਟੂ ਗੈਟ ਇੰਸ਼ੋਰਡ, ਮਤਲਬ ਇਹ ਗੁੱਡ ਹੈਲਥ ਇੰਸ਼ੋਰੈਂਸ। ਬਿਲਕੁਲ, ਅੱਜ ਪ੍ਰੈਜੈਂਟ ਅਗਰ ਸਿਨਾਰੀਓ ਦੇਖੀਏ ਤਾਂ ਇੰਸ਼ੋਰੈਂਸ ਸੈਕਟਰ ਬਹੁਤ ਬੂਮ ਕਰ ਰਿਹਾ ਔਰ ਬਹੁਤ ਉਚਾਈਆਂ ਛੂ ਰਿਹਾ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇੰਸ਼ੋਰੈਂਸ ਸੈਕਟਰ ਬੂਮ ਕਰ ਰਿਹਾ, ਅੱਜ ਦੀ ਡੇਟ 'ਤੇ 22% ਪਾਪੂਲੇਸ਼ਨ, ਇਫ ਆਈ ਐਮ ਨੋਟ ਰੋਂਗ, 22% ਪਾਪੂਲੇਸ਼ਨ ਇਜ਼ ਸਿਕਿਓਰਡ ਓਨਲੀ, ਰੈਸਟ ਆਲ ਆਰ ਅਨਸਿਕਿਓਰਡ। ਅਸੀਂ ਉਹੀ ਕਹਿੰਦੇ ਨਾ ਕਿ ਮਾਰਕੀਟ 'ਚ ਕੰਮ ਨਹੀਂ ਹੈ,
एक बार अपने आप एक्सप्लोर तो करके देखो, जे मार्केट काम आ नहीं रहा, जे मैं कहना मार्केट काम नहीं आ रहा, तो वो मेरा फॉल्ट है, कस्टमर का फॉल्ट नहीं है। इट मीनस मैं राइट बंदे अप्रोच नहीं कर रहा। जे मैं राइट सैगमेंट में अप्रोच करा, मैं राइट बंदे अप्रोच करा। बहुत सारे क्लाइंट्स है जेड़ा कि सिर्फ इनू इनकम टैक्स परपज के पॉइंट ऑफ व्यू लेंगे, बिल्कुल मैं ATC ATD का बेनीफिट मिल जाएगा। बट आज की डेट इंश्योरेंस सिर्फ इंश्योरेंस सिर्फ टैक्स सेविंग पॉइंट ऑफ व्यू नहीं है, बिकॉज जिन्हें भी सॉफ्टवेयर इंजीनियर्स है या जिन्हें भी बड़े क्लाइंट्स है उन्होंने होम लोन ही इन्ने वे वे अमाउंट के है कि उन्होंने ATC की कोई लड़ ही नहीं हैगी, वो तो उन्होंने लोन ही सारी खत्म हो जाती है। बट यस, सेफ्टी पॉइंट ऑफ व्यू, सिक्योरिटी पॉइंट ऑफ व्यू, यह चीज़ इंपॉर्टेंट है। सैकेंडली, हूँ तुम ब्रैंड न्यू गड्डी लैन जाओ शोरूम तो, जब तक गड्डी की इंश्योरेंस नहीं है तो गड्डी की चाबी तो हाथ नहीं मिलेगी। क्यों? क्योंकि दे नो द इंपॉर्टेंस। तुम 20 लाख की गड्डी लै रहे हो, तुम 50,000 रुपये इंश्योरेंस पे करके तुम अपनी 20 लाख की चीज़ को सिक्योर कर रहे हो, दैन वॉट अबाउट आवर लाइफ? वो सिर्फ 20 लाख की नहीं है, वो 20 करोड़ तो भी उत्ते हैगी है। तो दिस इज़ वेरी इंपॉर्टेंट अज की डेट कि इंश्योरेंस होनी बहुत इंपॉर्टेंट है। सैकेंडली, बहुत स्कोप है, जे तुम मार्केट निकलो, अपने आप को एक्सप्लोर करो, अपना राइट सैगमेंट चुनो, तो पूरी जिंदगी बीत जाएगी, थोड़ा काम फिनिश नहीं होएगा। बिल्कुल, इतने सोचने वाली गल भी है कि सिर्फ 25% लोगों को हुण तक अवेयरनेस है कि इंश्योरेंस आखिरकार क्यों जरूरी है, कितनी सिक्योर साड़ी जिंदगी है। ये अवेयरनेस होनी चाहिए है, और घाट की हुए अवेयरनेस की, लोग रिस्क लेंदे ने अपनी लाइफ नाल, लोग रिस्क बहुत लेंदे ने। हुण असी भी क्लाइंट अप्रोच मतलब करते हैं अच्छे अमाउंट के मेडिक्लेम लई, बट वो छोटा मोटा अमाउंट लैके ही मतलब दे आर हैप्पी। बट जदों सिर ते कोई राज गिरदी है, जदों कोई प्रॉपर्टी वेचनी पैंदी है, मकान वेचना पैंदा है, कोई प्लॉट वेचना पैंदा है मेडिकल के खर्चे लई, तां समझ आती कि यस इस चीज़ की इंपॉर्टेंट हैगी है। पहले हुंदा सीगा जिहड़े समझदार क्लाइंट ने वो अज की डेट सब तो पहले इंश्योरेंस पे करते हैं, उस तो बाद अपने घर समान लेके आते हैं खाना खाने का। पहले हुंदा सीगा इंश्योरेंस नू लास्ट इंपोर्टेंस दी जाती थी कि चलो यार ये भी काम है, काम बाद चो हो जाएगा। आज दी डेट च समझदार बंदा सब तो पहला इंश्योरेंस करता है, बाकी काम सारे उस तो बाद करता है। पिछे तुसीं देखिया होएगा जदों चलान दा टाइम सीगा नवंबर दा टाइम कि पुलिस वाले रोक रोक के 10,000 20,000 दा चलान कर दे गए, असी खुद एक दिन 100-100 पॉलिसियां कीतियां ने जिहड़े उस असी सगों उन्हां क्लाइंट की कॉल भी अटेंड की है जिहड़े साडा फोन ही पिक नहीं करते थे। कई क्लाइंट थे इस तरह के जिहड़े फोन या अनएक्सपैक्टेड इस तरह की कॉल्स आई ने कि भैया आपके ऑफिस आ रहा हूँ, मेरे को अभी चाहिए हैंड टू हैंड व्हीकल इंश्योरेंस। तो जिस तरह व्हीकल की इंपॉर्टेंस है, उस तरीके अपनी हेल्थ भी तो हैगी है ना। तो बहुत इंपॉर्टेंट चीज़ है, स्कोप बहुत है मार्केट, कोई स्कोप की मतलब थोड़ नहीं हैगी, बहुत स्कोप है। ये अगर गल करिए तो हैल्पिंग हैंड एक ग्रुप है जो एक दूजे को सर्विसिज प्रोवाइड करता है, आओ गलबात करते हैं कि हैल्पिंग हैंड की शुरुआत कदों हुई तो किस तरीके नाल हैल्पिंग हैंड लोगों को सेवा देता है, कि मेनली हैल्पिंग हैंड का मोटिव की और कद शुरू होया। अवनीत, बेसिकली हैल्पिंग हैंड 2014 साढ़े एक बड़े खास है मिस्टर दर्शन सिंह जी, उन्होंने माइंड एक उंजी बैठे बैठे ख्याल आया कि जिवें अज डेट शॉपिंग मॉल्स वगैरह बड़े सारे हो गए ने, बन गए ने, तो जरा रोज़ का बिजनेस करने वाला बंदा है वो बड़ा परेशान है, लोग चीज़ा ऑनलाइन खरीद रहे हैं, मॉल्स जाके खरीद रहे हैं, तो कोई इस तरह का स्टार्टअप किया जाए जिथे कि हर बंदे दे कोल कम जाए। उन्होंने माइंड चीज़ आन करके उन्होंने एक स्टार्टअप किया ग्रुप, जिद मैं कोर मैंबर की तरह काम कर रहे हैं। ऑलरेडी 2 ईयर्स मैंने हो चुके हैं ये काम करते हुए। तो ये इस ग्रुप का बेसिकली परपज़ की है, ग्रो एंड लेट ग्रो, मीनस जिवें इस ग्रुप अज डेट 100-150 मैंबर है, हर कैटेगरी का मैंबर है, हर कास्ट का मैंबर है, ये हर प्रोफेसन का मैंबर है। ये की है कि ग्रुप के अंदर जे अज डेट मैं तुम्हें दसा, सवेरे मैं 5 बजे सो के उठदा, 5 तो लैके रात 11 बजे तक मैं घट्टो घट 100-200 प्रोडक्ट की लड़ हैगी, मैं सवेर तो लेकर शाम तक मेरे घर भी लड़ है, मैं गड्डी भी लड़ है, मैं ऑफिस भी लड़ हैगी है। तो क्यों ना मैं वो प्रोडक्ट अपने ग्रुप मतलब अपने ही जो ग्रुप बनाया मतलब अपने वो लवा, जे मैं पैसे खर्च करने ही है या मैं अपना क्रेडिट कार्ड स्वैप करना ही है तो आई टू गो समवेयर एल्स, जो मेरे ग्रुप
हर कैटेगरी का बंदा हैगा जिहदे विच डॉक्टर भी हैगा जिहदे विच एक लॉयर भी हैगा जिहदे विच अकाउंटेंट भी हैगा जिस ग्रुप विच कार एसी वाले भी हैगे ने जिस ग्रुप विच एक इलैक्ट्रीशियन भी हैगा हर तरह का बंदा हैगा इस ग्रुप विच कि मैं अपने रोज़ की चीज़ जी मैं लोड हैगी है मेरी फस्ट प्रेफरेंस हैगी है कि वह पहले मेरे ग्रुप के बंदे को जाए जे उत्थे अवेलेबल नहीं है इट मीनस सानू उस ग्रुप विच उस मैंबर की हले भी लोड हैगी है कि इस कैटेगरी का बंदा साढ़े ग्रुप विच अज भी नहीं हैगा तो प्लैनिंग साड़ी ग्रुप की यही हैगी है कि असं इनू ऑल ओवर इंडिया लैके जाइए बाकी कोशिश यही रहती है कि मैक्सीमम काम असी अपने ग्रुप के नाल ही करिए हेल्पिंग एंड एक बहुत वधिया उपराला है और खास तौर पर दिल्ली च ये उपराला शुरू किया गया है मेन मकसद जिहड़ा है एक दूजे नू काम देण दा मकसद हैगा किस तरीके नाल तुसीं ये काम देंदे हो या लैंदे हो असी बेसिकली इस ग्रुप नू इंजॉय करदे आं एज अ फैमिली हुण मेरी एक फैमिली मेरे घर हैगी है वाइफ है बच्चे हैं पेरेंट्स हैगे ने एक फैमिली मेरी हेल्पिंग हैंड हैगी है क्योंकि असी एवरी मंथ एक अपनी मीटिंग करदे आं जिस मीटिंग जिन्हें भी मैंबर है सारे इकट्ठे होकर बहते हैं ब्रेकफास्ट करते हैं अपना एक डिस्कशन करते हैं अपने विजिटिंग कार्ड्स एक्सचेंज करते हैं कि यस वी आर अ पार्ट ऑफ योर फैमिली किसी नू किसी भी तरीके की कोई हेल्प दी होए लोड होए किसी भी सेंस विच तो फर्स्ट ऑफ ऑल पहले अपने ग्रुप उसकी चीज़ की जो रिक्वायरमेंट फुलफिल हो जाए तो वेल एंड गुड है अदरवाइज असी उसनू किधरे होर फुलफिल कर सकते हैं हुण इहदे विच सानू इनडोर रेफरल आते हैं ਜਿਵੇਂ ਇੰਪਲੋ ਜਿਵੇਂ ਸਾਡੇ ਗਰੁੱਪ ਦੇ ਮੈਂਬਰ ਹੈਗੇ ਨੇ ਕੋਈ ਹੋਰ ਮੇਰਾ ਫਰੈਂਡ ਮੇਰਾ ਜਾਣਕਾਰ ਮੇਰਾ ਕੋਈ ਵੀ ਬੰਦਾ ਜੇ ਅਸੀਂ ਇਕੱਠੇ ਬੈਠੇ ਹਾਂ ਸਰਸਰੀ ਤੌਰ 'ਤੇ ਗੱਲ ਹੋ ਰਹੀ ਹੈ ਯਾਰ ਮੈਂ ਗੱਡੀ ਦਾ ਏਸੀ ਠੀਕ ਕਰਾਉਣਾ ਹੈ ਜਾਂ ਆਈ ਨੀਡ ਟੂ ਮਤਲਬ ਮੇਰੀ ਇੰਪੈਂਡਿੰਗ ਪਲੈਨਿੰਗ ਹੈ ਕਿ ਮੈਂ ਆਪਣੇ ਬੇਟੇ ਨੂੰ ਬਾਹਰ ਪੜ੍ਹਨ ਭੇਜਾਂ ਹੁਣ ਸਿੰਘ ਸਟੱਡੀ ਸਰਕਲ ਵਾਲੇ ਹੈਗੇ ਨੇ ਬੜਾ ਫੇਮਸ ਨਾਂ ਹੈ ਤੁਸੀਂ ਸੁਣਿਆ ਹੋਏਗਾ ਸੋ ਉਹ ਸਰਦਾਰ ਜੋਗਿੰਦਰ ਸਿੰਘ ਜੀ ਸਿੰਘ ਸਟੱਡੀ ਸਰਕਲ ਵਾਲੇ ਵੀ ਸਾਡੇ ਹੈਲਪਿੰਗ ਹੈਂਡ ਗਰੁੱਪ ਦੇ ਮੈਂਬਰ ਹੈਗੇ ਨੇ ਕਿੰਨੇ ਬੱਚੇ ਹੈਗੇ ਨੇ ਜਿਹੜਾ ਉਹਨਾਂ ਦੀ ਹੈਲਪ ਤੋਂ ਅੱਜ ਕੈਨੇਡਾ ਬੈਠੇ ਨੇ US ਬੈਠੇ ਨੇ ਮੇਰੀ ਵੀ ਪਲੈਨਿੰਗ ਹੈ ਮੇਰੀ ਬੇਟੀ ਹੁਣ 8th ਦੇ ਪੇਪਰ ਦੇ ਕੇ ਹਟੀ ਹੈ ਹੁਣ ਉਹ 9th 'ਚ ਆ ਰਹੀ ਹੈ ਆਈ ਐਮ ਆਲਸੋ ਪਲੈਨਿੰਗ ਕਿ 12th ਤੋਂ ਬਾਅਦ ਮੈਂ ਉਹਨੂੰ ਬਾਹਰ ਪੜ੍ਹਨ ਭੇਜਣਾ ਅਤੇ ਮੇਰੇ ਕੋਲ ਤਾਂ ਵਿਜ਼ਨ ਕਲੀਅਰ ਹੈ ਨਾ ਸਾਹਮਣੇ ਮੇਰੇ ਬੰਦਾ ਬੈਠਾ ਹੈ ਜਿਹਨੇ ਮੈਨੂੰ ਹੈਲਪ ਕਰਨੀ ਹੈ ਬਿਕੋਜ਼ ਇਟਸ ਅ ਹੈਲਪਿੰਗ ਹੈਂਡ ਸਾਹਮਣੇ ਮੇਰੇ ਬੰਦਾ ਬੈਠਾ ਹੈ ਉਹਨੇ ਮੈਨੂੰ ਹੈਲਪ ਕਰਨੀ ਹੈ ਬੱਚਾ ਮੇਰਾ ਹੈ ਮੈਂ ਜਾ ਕੇ ਉਹਦੀ ਗੱਲ ਕਰਾਉਣੀ ਹੈ ਉਹਦੇ ਪੇਪਰ ਦਿਖਾਉਣੇ ਨੇ ਅਤੇ ਮੈਂ ਉਹਨੂੰ ਬਾਹਰ ਪੜ੍ਹਨ ਭੇਜਣਾ ਅਤੇ ਇਹ ਇੱਕ ਸੋਸ਼ਲ ਸਰਵਿਸ ਹੈ ਬਹੁਤ ਅੱਛੀ ਅੱਜ ਦੀ ਡੇਟ 'ਚ ਜੇ ਅਸੀਂ ਇਹਨੂੰ ਅੱਛੇ ਵੇ ਵਿੱਚ ਲਈਏ ਇਸ ਤੋਂ ਅੱਛੀ ਹੋਰ ਕੋਈ ਚੀਜ਼ ਨਹੀਂ ਹੈਗੀ ਬਿਲਕੁਲ ਅੱਜ ਲੋੜ ਹੈ ਸਾਨੂੰ ਇੱਕ ਦੂਜੇ ਨਾਲ ਸਪੋਰਟ ਕਰਨ ਦੀ ਬਿਲਕੁਲ ਕਦਮ ਤੋਂ ਕਦਮ ਮਿਲਾ ਕੇ ਚੱਲਣ ਦੀ ਸਪੋਰਟ ਕਰਨ ਦੀ ਜੋ ਪ੍ਰੋਗਰਾਮ ਦੇਖ ਰਹੇ ਨੇ ਇਹ ਆਡੀਅੰਸ ਪ੍ਰੋਗਰਾਮ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਉਹ ਹੈਲਪਿੰਗ ਹੈਂਡ ਨਾਲ ਜੁੜਨਾ ਚਾਹੁੰਦੇ ਨੇ ਕਿ ਕਿਸ ਤਰੀਕੇ ਨਾਲ ਜੁੜਿਆ ਜਾ ਸਕਦਾ ਹਾਊ ਟੂ ਜੁਆਇਨ ਇਜ਼ ਦੇਰ ਐਨੀ ਸੋਸ਼ਲ ਮੀਡੀਆ ਔਰ ਜਾਂ ਕਿੱਥੇ ਜਾ ਕੇ ਜੁੜਿਆ ਜਾ ਸਕਦਾ ਇਸ ਗਰੁੱਪ ਨੂੰ ਜੁਆਇਨ ਕਰਨ ਲਈ ਕੋਈ ਰੋਕੇਟ ਸਾਇੰਸ ਨਹੀਂ ਹੈ ਕੋਈ ਕੋਰਸ ਨਹੀਂ ਹੈ ਕੋਈ ਪੇਪਰ ਵਰਕ ਨਹੀਂ ਹੈ ਇਫ ਯੂ ਵਾਂਟ ਟੂ ਜੁਆਇਨ ਦਾ ਗਰੁੱਪ ਤੁਸੀਂ ਸਿੰਪਲ ਮੈਨੂੰ ਇੱਕ ਕਾਲ ਕਰ ਸਕਦੇ ਹੋ ਆਈ ਵਿਲ ਹੈਲਪ ਯੂ ਕਿ ਤੁਸੀਂ ਇਸ ਗਰੁੱਪ ਨੂੰ ਕਿਸ ਤਰ੍ਹਾਂ ਜੁਆਇਨ ਕਰ ਸਕਦੇ ਹੋ ਮੈਂ ਆਪਣਾ ਨੰਬਰ ਤੁਹਾਡੇ ਨਾਲ ਇੱਕ ਵਾਰ ਸ਼ੇਅਰ ਕਰ ਸਕਦਾ ਇਟਸ 9582227267 ਆਈ ਐਮ ਅਗੇਨ ਰਿਪੀਟਿੰਗ 9582227267 ਜਸਟ ਗਿਵ ਮੀ ਅ ਕਾਲ ਕਿ ਆਈ ਵਾਂਟ ਟੂ ਬੀ ਅ ਪਾਰਟ ਆਫ ਦਿਸ ਗਰੁੱਪ ਆਈ ਡਿਸਕਸ ਇਟ ਵਿਦ ਦਾ ਕੋਰ ਮੈਂਬਰ ਐਂਡ ਤੁਸੀਂ ਸੇਮ ਡੇ ਇਸ ਗਰੁੱਪ ਵਿੱਚ ਜੁਆਇਨ ਕਰ ਸਕਦੇ ਹੋ ਜਦੋਂ ਇਹ ਗਰੁੱਪ ਆਇਆ ਹੈ ਇੰਨੇ ਬੰਦੇ ਹੈਗੇ ਨੇ ਉਹਨਾਂ ਦੇ ਕੋਲ ਕੰਮ ਦੀ ਵੇਲ ਹੀ ਨਹੀਂ ਹੈਗੀ ਹੁਣ ਜਿਵੇਂ ਗਰੁੱਪ ਵਿੱਚ 100-150 ਬੰਦੇ ਨੇ ਮੈਂ ਪਰਸਨਲੀ ਆਪਣਾ ਐਗਜ਼ਾਮਪਲ ਲੈ ਲੈਂਦਾ ਮੇਰਾ ਪਹਿਲੇ ਅਕਾਊਂਟਸ ਦਾ ਕੰਮ ਕੋਈ ਹੋਰ ਕਰਦਾ ਸੀਗਾ ਮੇਰੇ ਔਫਿਸ ਦਾ ਜਦ ਤੋਂ ਇਹ ਗਰੁੱਪ ਜੁਆਇਨ ਕੀਤਾ ਅਕਾਊਂਟ ਦਾ ਪਰਸਨ ਹੈਗਾ ਇਸ ਗਰੁੱਪ ਵਿੱਚ ਅਸੀਂ 1-to-1 ਬੈਠੇ ਚਾਹ ਕਾਫੀ ਸ਼ੇਅਰ ਕੀਤੀ ਮੈਂ ਆਪਣਾ ਅਕਾਊਂਟ ਡਿਸਕਸ ਕੀਤਾ ਅੱਜ ਦੀ ਡੇਟ 'ਚ ਮੇਰੀ ਸਾਰੀ ਫੈਮਲੀਜ਼ ਦਾ ਅਕਾਊਂਟ ਉਹ ਇਕੱਲੀ ਲੇਡੀ ਟੇਕ ਕੇਅਰ ਕਰ ਰਹੀ ਹੈ ਅਤੇ ਉਹਨੇ ਕਦੇ ਇੱਕ ਕਲਾਇੰਟ ਐਕਸਪੈਕਟ ਕੀਤਾ ਹੋਏਗਾ ਅੱਜ ਉਹਦੇ ਕੋਲ 50 ਕਲਾਇੰਟ ਹੈਗੇ ਨੇ ਅਤੇ ਇਹ ਇਸ ਤਰ੍ਹਾਂ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਕੰਮ ਆਏ ਆਪਣੇ ਗਰੁੱਪ ਵਿੱਚ ਆਏ ਆਪਣੇ ਬੰਦੇ ਅਰਨ ਕਰਨ ਅਤੇ ਮੇਨ ਚੀਜ਼ ਹੈ ਅਸੀਂ ਕੰਮ ਦੇਣ ਦੀ ਕੋਸ਼ਿਸ਼ ਕਰੀਏ ਕੰਮ ਲੈਣ ਦੀ ਕੋਸ਼ਿਸ਼ ਨਾ ਕਰੀਏ ਕੰਮ ਦੇਣ ਦੀ ਕੋਸ਼ਿਸ਼ ਕਰੀਏ ਵਰਕ ਵਿਲ ਆਟੋਮੈਟਿਕਲੀ ਕਮ ਬਿਲਕੁਲ ਬਿਲਕੁਲ ਮਨਿੰਦਰ ਜੀ ਹੁਣ ਅਗਰ ਗੱਲ ਕਰੀਏ ਇੰਸ਼ੋਰੈਂਸ ਸੈਕਟਰ ਦੀ ਜੋ ਬੱਚੇ ਇਸ ਸੈਕਟਰ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਗਾਈਡੈਂਸ ਦਿਓਗੇ ਕਿ ਕੀ ਪਲਾਨ ਕਰਨਾ ਜ਼ਰੂਰੀ ਹੈ ਔਰ ਕਿਹੜੇ ਸਬਜੈਕਟਸ ਲੈਣੇ ਜ਼ਰੂਰੀ ਨੇ ਔਰ ਕਿਹੜੇ ਜਗ੍ਹਾ ਜਾ ਕੇ ਉਹ ਅੱਗੇ ਸਬਜੈਕਟਸ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਕੋਈ ਬੰਦਾ ਆਰਟਸ ਵਿੱਚ ਹੋਏ ਉਹ ਵੀ ਕਰ ਸਕਦਾ ਹੈ ਕਾਮਰਸ ਵਿੱਚ ਮੈਥਸ ਹੋਏ ਉਹ ਵੀ ਕਰ ਸਕਦਾ ਹੈ ਸਾਇੰਸ ਕੀਤੀ ਹੋਏ ਉਹ ਵੀ ਕਰ ਸਕਦਾ
मेन है कि कस्टमर मेन है कि जेड़ा बंदा यह चीज़ करना चाह रहा है वो अपने आप को इन्ना कैपेबल समझदा कि मैं पब्लिक डीलिंग कर सकता, क्योंकि इस काम में सब तो वड्डी चीज़ की है पैसा तो है ही है, हर बंदा पैसे लिए वर्क करता है। सब तो वड्डी इहदे च की है रिवॉर्ड एंड रिकॉग्निशन, क्योंकि जदों असी किसी क्लाइंट का क्लेम पास कराने या किसी क्लाइंट को सर्विस देने ना तो जिहड़ियां वो मतलब सानू दुआवां देंदे ने ना कि गॉड ब्लैस यू। हुण किसी दे घर का कोई मैंबर अगर हॉस्पिटल एडमिट होए जिदे कोल पैसे ना होण, असी उहदे कोलों 10,000 रुपये लैके उहदा 5 लाख का मेडिक्लेम करता होए 10 लाख का करता होए, उन्हें एक पैसा ना भरना पे तो उन्हें पूरा 10 लाख का कम नहीं पे करते, तो वो जिहड़ियां मतलब सानू एक मतलब कहते ना एक रिवॉर्ड रिकॉग्निशन मिलता सानू वो किसी होर फील्ड नहीं आएगा। ठीक है ना, सिर्फ क्लाइंट यह चीज़ मंगता है जरूर साढ़े को, जिम्मे जो तुम यूथ की गल कर रहे हो जोड़ा भी बंदा इनू अपना प्रोफेशन लैके चलना चाह रहा है बहुत अच्छी चीज़ है। अपने आप को इन्ना पक्का करके रखो कि यस आई एम इनटू द सर्विस इंडस्ट्री, मैं जिन्ना चाहवा उन्ना अर्न कर सकता, मेरी लिमिट है कोई लिमिट नहीं। मैं चाहवा मैं दिन एक घंटा काम करना है, मैं अपना बॉस हाँ, मैं किसी को जवाब नहीं देना। मैं चाहवा मैं दिन 2 घंटे काम करना है, मैं तो भी अपना बॉस हूँ। हूँ जिमें जनवरी फरवरी मार्च का टाइम चल रहा है, इट्स अ पीक सीजन ऑफ इंश्योरेंस, लोगों ने अपना इनकम टैक्स सेविंग करना है, ऐसे इस टाइम से सानू राती 11 भी बज जाते हैं 12 भी बज जाते हैं, इट्स अ बिजनेस टाइम। तो बहुत अच्छा स्कोप है, बहुत अच्छा लाइन है, जे सिंसियरिटी नाल करो तो इस तो अच्छी कोई लाइन नहीं है विदाउट इन्वेस्टमेंट है, सिर्फ तुसी अपने आप नू सेल करना है, थोड़ी शक्ल विकदी है प्लान नहीं विकदा। अगर गल करिए अज तो 20 वर्यां दी ते इंश्योरेंस नू किसी होर तरीके नाल वेख्या जा सकदा सी, अगर प्रेजेंटली गल करिए ते इंश्योरेंस दा रूप एक बदल चुका है, इट्स अ रेप्यूटेड बिजनेस अज दी डेट विच। बिल्कुल, पहले सॉरी मैं तुम्हें इंटरप्ट कर रहा हूं, नहीं नहीं कोई नहीं, पहले क्या होता सीगा एक मेरे को एक एजेंट आया, बिल्कुल बड़ा ना कॉमन जो ना सीगा एक एजेंट आया, आज दी डेट विच एजेंट BMW ऑडी मेंटेन कर रहे हैं, रीजन बीइंग दे आर सर्टिफाइड फाइनेंशियल प्लानर्स। एक बंदे नूं जिहदी कमाई महीने की 10 लाख रुपए है, दे नीड अ परसन जो उहदा पूरा मतलब पोर्टफोलियो मैनेज करके चले, किन्नी उहदे कोल सेविंग होनी चाहिए है, किन्ना उहदा रिस्क कवर होना चाहिए है, किन्ने उहदे बच्चों लिए एक लाइबिलिटी जिहड़ी उहदी हैगी उह किन्ना कवर, मतलब इट्स अ ह्यूमन लाइफ वैल्यू, तो वह सर्टिफाइड फाइनैशियल प्लैनर ही कर सकता है, होर कोई भी नहीं कर सकता। तो अज की डेट च इंश्योरेंस एजेंट की रेपूटेशन 820 साल पहले की रेपूटेशन जमीन आसमान का फर्क है, अज बंदा खुद कॉल करके बुलाता है, तुहाडे नाल बहना है, तुहाडे नाल एक घंटा गल करनी है, तुहाडे नाल बह के फैमिली प्लैनिंग करनी है, पहले यह चीज़ नहीं सीगी, क्योंकि क्लाइंट अज की डेट पढ़ा लिखा है, क्लाइंट एजुकेटिड है, दे नो द इंपोर्टेंस ऑफ एजुकेशन की अगर गल करिए हूँ असं गल कर ली पहले की गल कर ली अज के सिनारियो की गल कर ली, लेकिन गल करिए भविख की तो इंश्योरेंस का किन्ना रोल रहेगा आने वाले 10 साल होर किन्नी अगे वधण की संभावना। देखो इंश्योरेंस का बहुत स्कोप है अज की डेट, जिवें तुहानू पहले किया अराउंड अबाउट 22-25% पॉपुलेशन इज सिक्योर्ड, एद 10-15% पॉपुलेशन योजी भी है जिहड़े कि मेडिक्लेम नहीं कर सकते, जेडे जिन्हें एज 60 क्रॉस हो चुकी है, जिन्होंने कोई प्रॉब्लम हैगी है वो नहीं कर सकते, रेस्ट ऑल आर अनसिक्योर्ड। असी जे सही सैगमेंट नू कैच करना मतलब करन दी कोशिश करिए तो इन्ना स्कोप हैगा, मेरी आने वाली जनरेशन भी लगी रहे तां भी स्कोप फिनिश नहीं होएगा, क्योंकि एवरी डे नवे नवे बच्चे MBA कर रहे ने, एवरी डे सॉफ्टवेयर कंपनीज इंप्लॉयज हायर कर रही ने, एवरी डे होम लोन चल रहे ने, उन्हें सबनों सिक्योर तो करना ही है ना। अज की डेट तुम देखो रोज़ इंटरव्यू, रोज़ गड्डिया का नवा मॉडल लॉन्च होता है, रोज़ गड्डिया शोरूम तो बाहर आदि ने, नवे शोरूम रोज़ ओपन हो रहे हैं, और सेल्स इंप्लॉयज काम कर रहे हैं, इन्हों का टारगेट है कि दिन के 5 गड्डिया सेल करनिया करें, कोई भी गड्डी इंश्योरेंस बिना शोरूम तो बाहर नहीं आएगी। बहुत स्कोप है, मतलब कोई लिमिट नहीं है अज की डेट, ओनली स्काई इज द लिमिट, तुसी एक बार एक्सप्लोर तो करके देखो, बहुत स्कोप है। बिल्कुल, तो अज सानू पता लग्या कि मनिंदर गाबा जी ने सानू दस्सिया कि किस तरीके नाल अपॉर्चुनिटीज़ बहुत ने, स्कोप बहुत है, लेकिन बच्चों नू जरूरत है एक सीधे राह पैण दी और एक अपनी सोच नू बिल्कुल साफ रखन दी कि हाँ इस कल दे इंश्योरेंस एजेंट कुछ होर होंदे सन, लेकिन अज उन्हां नू फाइनेंशियल प्लानर
ਦਾ ਇੱਕ ਨਾਮ ਨਹੀਂ ਦਿੱਤਾ ਗਿਆ, ਇੱਕ ਅਹੁਦਾ ਨਹੀਂ ਦਿੱਤਾ ਗਿਆ, ਇੱਕ ਵੱਖਰਾ ਰੂਪ ਵੀ ਦਿੱਤਾ ਗਿਆ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਸਿਕਿਓਰ ਕਰ ਸਕੋ, ਆਪਣੇ ਹੈਲਥ ਨੂੰ ਸਿਕਿਓਰ ਕਰ ਸਕੋ। ਇਹ ਸਨ ਸਰਦਾਰ ਮਨਿੰਦਰ ਸਿੰਘ ਜੀ ਗਾਬਾ ਜੋ ਇਨਫੋਰਮੇਸ਼ਨ ਦੇ ਰਹੇ ਸਨ, ਖਾਸ ਤੌਰ 'ਤੇ ਇੰਸ਼ੋਰੈਂਸ ਔਰ ਮਿਊਚੁਅਲ ਫੰਡਸ ਨੂੰ ਲੈ ਕੇ। ਅੱਜ ਤੱਕ ਲਈ ਬਸ ਇੰਨਾ ਹੀ। ਅਗਲੇ ਹਫ਼ਤੇ ਫਿਕਰ ਹੋਏਗੀ ਇੱਕ ਨਵੇਂ ਸਿੱਖ ਯੂਥ ਨਾਲ ਤੁਹਾਡੀ ਮੁਲਾਕਾਤ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।